हाँ जी पंजाबियो, वाहेगुरु जी का खालसा, वाहेगुरु जी की फतेह। ये तो बहुत समा पहले ही कहना शुरू करता सीगा, लोकां दी आवाज आउणी शुरू हो गई सी, क्योंकि लोकां दे विच कहिंदे हुंदे आ कि इंसानां दे अंदर, बंदियां दे अंदर रब वसदा है। लोकां दी कही हुई गल तकरीबन तकरीबन सच कोई हुंदी आ, पर हुण ਉਹ ਬਿਲਕੁਲ ਜਿਹੜਾ ਇਹ ਬਿਆਨਤੇ ਬੁੱਚੜ ਦੀ ਰੂਹ ਵਿੱਚ ਆਈ ਹੈ ਤੇ ਮੁਗਲਾਂ ਦੀ ਰੂਹ ਜਿਹੜੀ ਇਹ ਬੁੱਚੜਾਂ ਦੀ ਆਈ ਹੈ ਇਸ ਅਖੌਤੀ ਇਨਕਲਾਬੀ ਦੇ ਵਿੱਚ, ਹੁਣ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਆ ਦੇਖੋ, ਤੁਹਾਨੂੰ ਸ਼ਾਇਦ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਸੁਖਪਾਲ ਸਿੰਘ ਖਹਿਰੇ ਨੂੰ ਜਲਾਲਾਬਾਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੜਕੇ ਤੜਕੇ ਘਰੋਂ ਆ ਕੇ ਇਹਨੂੰ ਫੜ ਕੇ ਲੈ ਗਏ। ਆ ਪਹਿਲਾਂ ਵੀਡੀਓ ਸੁਣ ਲਓ ਜਿਹੜੀ ਉਹਦੇ ਘਰੋਂ ਉਹਨੂੰ ਫੜਿਆ ਗਿਆ, ਫਿਰ ਆਪਾਂ ਅਗਲੀ ਗੱਲਬਾਤ ਕਰਦੇ ਹਾਂ। ਖੌਤੀ ਇਹ ਉਹੀ ਜਾਲੀ ਇਨਕਲਾਬੀ ਨੇ ਯਾਰ, ਜਿਹੜੇ ਕਹਿੰਦੇ ਹੁੰਦੇ ਅਸੀਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਾਂਗੇ, ਅਸੀਂ ਕੋਈ ਕਿਸੇ ਦੇ ਨਜਾਇਜ਼ ਕੋਈ ਝੂਠਾ ਮੁਕੱਦਮਾ ਦਰਜ ਨਹੀਂ ਕਰਾਂਗੇ। ਇਹ ਸੁਖਪਾਲ ਸਿੰਘ ਖਹਿਰੇ ਦੇ, ਤੁਹਾਨੂੰ ਪਤਾ ਹੋਣਾ ਵੀ ਸੁਖਪਾਲ ਸਿੰਘ ਖਹਿਰੇ ਦੇ ਉੱਤੇ ਜਦੋਂ ਉਹਨੂੰ NDPS ਨਸ਼ੇ ਦੇ ਮੁਕੱਦਮੇ ਦੇ ਵਿੱਚ ਪਿੱਛੇ ਗ੍ਰਿਫਤਾਰ ਕੀਤਾ ਗਿਆ ਸੀਗਾ, ਉਹ ਜੇਲ੍ਹ ਵੀ ਰਹਿ ਕੇ ਆਇਆ, ਤਾਂ ਸੁਪਰੀਮ ਕੋਰਟ ਨੇ ਜਿਹੜੀ ਕਾਰਵਾਈ ਖਹਿਰੇ ਦੇ ਉੱਪਰ ਚੱਲ ਰਹੀ ਸੀ ਉਹ ਸੁਪਰੀਮ ਕੋਰਟ ਨੇ ਉਹ ਸਾਰੀ ਕਾਰਵਾਈ ਰੱਦ ਕਰਤੀ ਸੀ, ਉਹ ਸਾਰੀ ਕਾਰਵਾਈ ਕੁਐਸ਼ ਕਰਤੀ ਸੀ, ਸਾਰੀ ਤਫਤੀਸ਼ ਆ ਜਿਹੜੀ ਉਹ ਪੂਰੀ ਹੋ ਚੁੱਕੀ ਸੀ ਇਸ ਕੇਸ ਦੀ, ਜਿੰਨੇ ਬੰਦੇ ਫੜੇ ਜਾ ਚੁੱਕੇ ਸੀ। ਖਹਿਰੇ ਨੂੰ ਬੇਗੁਨਾਹ ਕਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ, ਪਰ ਹੱਦ ਆ ਯਾਰ, ਤੁਸੀਂ ਦੇਖੋ ਕਿ ਅੱਜ ਫਿਰ ਇਹਨਾਂ ਨੇ ਕੀ ਕੀਤਾ, ਉਸੇ ਕੇਸ ਦੇ ਵਿੱਚ ਕੋਈ ਨਵੇਂ ਬੰਦੇ ਤੋਂ ਬਿਆਨ ਦਵਾ ਕੇ ਨਵੀਂ ਜਿਮਣੀ ਲਿਖ ਲਈ ਕਿ ਫਲਾਨਾ ਬੰਦਾ ਫੜਿਆ ਜੀ ਇਸ ਕੇਸ ਦੇ ਵਿੱਚ, ਤੇ ਉਹਨੇ ਖਹਿਰੇ ਦਾ ਨਾਂ ਲਿਆ ਵੀ ਖਹਿਰਾ ਵੀ ਚਿੱਟੇ ਦੇ ਜਿਹੜੀ ਤਸਕਰੀ ਦਾ ਮੁਕੱਦਮਾ ਦਰਜ ਹੋਇਆ ਸੀਗਾ NDPS ਦਾ, ਉਹਦੇ ਚ ਸ਼ਾਮਲ ਸੀਗਾ, ਉਹਦੇ ਚ ਲਿਆ ਕੇ ਇਹਨੂੰ ਇਹਦੀ ਅੱਜ ਗ੍ਰਿਫਤਾਰੀ ਚੰਡੀਗੜ੍ਹੋਂ ਇਹਦੇ ਘਰੋਂ ਕਰ ਲਈ ਆ। ਖਹਿਰਾ ਕਿਉਂ ਗ੍ਰਿਫਤਾਰ ਕੀਤਾ ਗਿਆ? ਖਹਿਰਾ ਇਸ ਕਰਕੇ ਨਹੀਂ ਗ੍ਰਿਫਤਾਰ ਕੀਤਾ ਗਿਆ ਕਿ ਖਹਿਰਾ ਕਾਂਗਰਸੀ ਹੈ, ਖਹਿਰਾ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹਮੇਸ਼ਾ ਖਹਿਰਾ ਪੰਜਾਬ ਦਾ ਪੁੱਤ ਬਣ ਕੇ ਬੋਲਿਆ, ਸੱਚਾ ਪੁੱਤ ਬਣ ਕੇ ਬੋਲਿਆ, ਉਹਨੇ ਹਮੇਸ਼ਾ ਪੰਜਾਬੀਆਂ ਦੀ ਆਵਾਜ਼ ਬੁਲੰਦ ਕੀਤੀ ਹੈ, ਉਹਨੇ ਹਮੇਸ਼ਾ ਜੋ ਜੋ ਧੱਕਾ ਜੋ ਜੋ ਜ਼ੁਲਮ ਪੰਜਾਬ ਤੇ ਹੋਇਆ, ਚਾਹੇ ਸਾਡੇ ਮੁੰਡਿਆਂ ਤੇ UAPA ਲਾਇਆ, ਚਾਹੇ NSA ਲਾਇਆ, ਚਾਹੇ ਜੋ ਵੀ ਧੱਕਾ ਹੋਇਆ, ਜੋ ਪੰਜਾਬ ਦੇ ਹੱਕ ਹਕੂਕ ਲੁੱਟੇ ਗਏ ਆ, ਖਹਿਰਾ ਉਹਨਾਂ ਦੇ ਹੱਕ 'ਚ ਬੋਲਿਆ ਤਾਂ ਖਹਿਰਾ ਫੜਿਆ ਗਿਆ। ਤੇ ਇਹ ਗੱਲ ਮੈਨੂੰ ਪਹਿਲਾਂ ਹੀ ਪਤਾ ਸੀ, ਮੈਂ ਪਹਿਲਾਂ ਹੀ ਖਹਿਰੇ ਨੂੰ ਕਿਹਾ ਸੀ, ਮੈਂ ਖਹਿਰਾ ਸਾਹਿਬ ਇਹ ਤੈਨੂੰ ਫੜ ਕੇ ਅੰਦਰ ਸਿੱਟਣ ਨੂੰ ਫਿਰਦਾ ਹੈ, ਤੇ ਅੰਦਰ ਸਿੱਟ ਕੇ ਤੈਨੂੰ ਤੇਰਾ ਨੁਕਸਾਨ ਵੀ ਕਰਾ ਸਕਦਾ, ਇਹ ਤੈਨੂੰ ਅਹਿਸਾਸ ਕਰਾਉਣ ਨੂੰ ਫਿਰਦਾ ਵੀ ਜੇਲ੍ਹ ਹੁੰਦੀ ਕੀ ਅਸਲ 'ਚ। ਹੁਣ ਤੁਸੀਂ ਦੇਖੋਗੇ ਵੀ ਖਹਿਰਾ ਜਿਹੜਾ ਫੜਿਆ ਗਿਆ, ਖਹਿਰਾ ਇਕੱਲੇ ਪਰਚੇ ਤੱਕ ਨਹੀਂ, ਹੋ ਸਕਦਾ ਖਹਿਰੇ ਦੇ ਨਾਲ ਅੰਦਰ ਕੋਈ ਵੀ ਅਣਹੋਣੀ ਘਟਨਾ ਵਾਪਰ ਜੇ, ਹੋ ਪੂਰਾ ਮੈਨੂੰ ਲੱਗਦਾ ਵੀ ਖਹਿਰੇ ਨੂੰ ਪੂਰਾ ਬੁਰੀ ਤਰ੍ਹਾਂ ਦੇ ਨਾਲ ਜਲੀਲ ਕੀਤਾ ਜਾਊਗਾ ਪ੍ਰਸ਼ਾਸਨ ਵੱਲੋਂ ਵੀ ਤੇ ਜੇਲ੍ਹ ਦੇ ਵਿੱਚ ਵੀ, ਇਹੋ ਜਿਹੀਆਂ ਕਿਣਾ ਕੱਢਣ ਤੇ ਬੁੱਚਣ ਲੱਗਿਆ ਹੋਇਆ।
ਜਦੋਂ ਸਰਕਾਰ ਜਦੋਂ ਇਹ ਚਾਰ ਸਪੇਰੋ ਘਿਰ ਚੁੱਕਿਆ ਇਹਦੇ ਕੋਲੇ ਕੋਈ ਜਵਾਬ ਨਹੀਂ ਤਾਂ ਇਹ ਜਿਹੀਆਂ ਗੰਦੀਆਂ ਹਰਕਤਾਂ ਤੇ ਉਤਰਿਆ ਹੋਇਆ ਯਾਰ ਕੀ ਜਵਾਬ ਆ ਇਹਦੇ ਕੋਲੇ 50,000 ਕਰੋੜ ਦਾ ਕਰਜ਼ਾ ਲਿਆ ਕੌਣ ਬੋਲਿਆ ਉਹਦੇ ਤੇ ਖੈਰੇ ਨੇ ਇਸ ਸਵਾਲ ਚੱਕਿਆ ਕਿ ਦੱਸੇ ਸਰਕਾਰ 50,000 ਕਰੋੜ ਰੁਪਇਆ ਚੱਕ ਕੇ ਤੁਸੀਂ ਰਾਘਵ ਚੱਡਿਆਂ ਦੇ ਵਿਆਹਾਂ ਤੇ ਖਰਚ ਕਰਦੇ ਫਿਰਦੇ ਆ ਤੁਸੀਂ 800 ਕਰੋੜ ਰੁਪਇਆ ਉਹਦੇ ਵਿੱਚੋਂ ਮਸ਼ਹੂਰੀਆਂ ਤੇ ਬੋਰਡਾਂ ਤੇ ਬਾਹਰਲੇ ਸੂਬਿਆਂ ਦੇ ਵਿੱਚ ਇਸ਼ਤਿਹਾਰਬਾਜ਼ੀ ਕਰੀ ਜਾਂਦੇ ਹੋ ਤੁਸੀਂ ਉਹਦੇ ਵਿੱਚੋਂ 8 ਸੀਟਾਂ ਜਹਾਜ਼ ਖਰੀਦ ਕੇ 40 ਲੱਖ ਰੁਪਇਆ ਗੇੜੇ ਦਾ ਖਰਚਾ ਕਰ ਰਹੇ ਹੋ ਜਿਹੜਾ ਰੋਜ਼ ਕਦੇ ਦਿੱਲੀ ਨੂੰ ਲੈ ਕੇ ਉੱਡ ਜਾਂਦਾ ਕੇਜਰੀਵਾਲ ਕਦੇ ਮਹਾਰਾਸ਼ਟਰ ਨੂੰ ਲੈ ਕੇ ਉੱਡ ਜਾਂਦਾ ਹੁਣ ਲਗਾਤਾਰ 24 ਤਰੀਕ ਤੋਂ ਲੈ ਕੇ 30 ਤਰੀਕ ਤੱਕ ਰਾਘਵ ਚੱਡੇ ਦਾ ਵਿਆਹ ਚੱਲਣਾ ਲਗਾਤਾਰ ਉਹ ਜਹਾਜ਼ ਦੀ ਵਰਤੋਂ ਹੋਣੀ ਹੈ ਇਹਦਾ ਹੈਲੀਕਾਪਟਰ ਦੇਵੇ ਜਵਾਬ ਪੰਜਾਬ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਕੌਣ ਵਰਤਿਆ ਕਿਹਨੇ ਵਰਤਿਆ ਰਾਘਵ ਚੱਡੇ ਨੇ ਵਰਤਿਆ ਜਦੋਂ ਪ੍ਰਨੀਤੀ ਚੋਪੜਾ ਨੂੰ ਅੰਮ੍ਰਿਤਸਰ ਮੱਥਾ ਟਿਕਾਉਣ ਲੈ ਕੇ ਗਿਆ ਉਹ ਸਾਰਾ ਖਰਚਾ ਉਹ ਬੋਝ ਸਾਰਾ ਪੰਜਾਬ ਤੇ ਪਾਇਆ ਜਾ ਰਿਹਾ ਨੌਕਰੀਆਂ ਤੂੰ ਬਾਹਰਲਿਆਂ ਨੂੰ ਦੇਈ ਜਾਂਦਾ ਲਿਆ ਲਿਆ ਯੂਪੀ ਬਿਹਾਰ ਬੰਗਾਲ ਹਿਮਾਚਲ ਦੇ ਬੰਦੇ ਹਰ ਥਾਂ ਫਿੱਟ ਕਰਤੇ ਤੇਰੇ ਕੋਲ ਕੋਈ ਜਵਾਬ ਹੈ ਚਿੱਟਾ ਤੇਰੇ ਕੋਲ ਨਹੀਂ ਰੁਕਿਆ ਰੋਜ਼ ਮਾਵਾਂ ਦੇ ਪੁੱਤ ਮਰਦੇ ਆ ਕਿਹੜੀ ਗੱਲ ਦਾ ਜਵਾਬ ਆ ਤੇਰੇ ਕੋਲੇ ਤੂੰ ਕਹਿੰਦਾ ਮੈਂ ਅਮਿਤ ਸ਼ਾਹ ਦੇ ਮੂਹਰੇ ਠੋਕ ਕੇ ਗੱਲਾਂ ਰੱਖੀਆਂ ਜਦੋਂ ਕੱਲ੍ਹ ਤੇਰੀ ਮੀਟਿੰਗ ਹੋਈ ਆ ਉੱਥੇ 26 ਤਰੀਕ ਨੂੰ ਮਨੋਜ ਤ੍ਰਿਪਾਠੀ ਜਿਹੜਾ BBMB ਦਾ ਚੇਅਰਮੈਨ ਲਾਇਆ ਉਹ ਕੌਣ ਹੈ ਉਹ ਦਿੱਲੀ ਦਾ ਹੱਠੁੱਕ ਹੈ ਜਦੋਂ ਤੂੰ ਭੰਗੜੇ ਪਾਉਂਦਾ ਫਿਰਦਾ ਸੀ ਉਹਦਾ ਡੱਡੂ ਟਪੂਸੀਆਂ ਮਾਰਦਾ ਫਿਰਦਾ ਸੀ ਨਾ ਇਹਦੇ ਰਾਘਵ ਚੱਡੇ ਦੇ ਵਿਆਹ 'ਚ ਕਿੱਕਲੀਆਂ ਪਾਉਂਦਾ ਫਿਰਦਾ ਸੀਗਾ ਪਹਿਲਾਂ ਪਾਉਂਦਾ ਫਿਰਦਾ ਸੀ ਅਗਲਿਆਂ ਨੇ ਉਸ ਦਿਨ BBMB ਦਾ ਚੇਅਰਮੈਨ ਲਾਤਾ ਸੀਗਾ ਇੱਕ ਦਿਨ ਪਹਿਲਾਂ ਹੀ 2 ਦਿਨ ਮਨੋਜ ਤ੍ਰਿਪਾਠੀ ਨੂੰ ਕਿਹਨੂੰ ਕੱਢ ਕੇ ਜਿਹੜਾ ਆਨੰਦ ਲਾਲ ਸ਼ਰਮਾ ਜਿਹੜਾ ਇੱਕੋ ਇੱਕ ਬੰਦਾ ਪੰਜਾਬ ਦਾ ਜਿਹੜਾ ਨੁਮਾਇੰਦਗੀ ਕਰ ਰਿਹਾ ਸੀ ਜਿਹੜਾ ਇੱਕੋ ਇੱਕ ਇੰਜੀਨੀਅਰ ਬਚਿਆ ਸੀਗਾ ਜਿਹੜਾ ਆਰਜ਼ੀ ਤੌਰ ਤੇ ਚੇਅਰਮੈਨ ਲਾਇਆ ਹੋਇਆ ਸੀ BBMB ਦਾ ਤੂੰ ਉੱਥੇ ਨਹੀਂ ਬੋਲ ਪਿਆ ਮੈਂ ਜੀ ਚੰਡੀਗੜ੍ਹ ਮੰਗ ਲਿਆ ਜੀ ਮੈਂ ਜੀ ਰਾਜਧਾਨੀ ਮੰਗ ਲਈ ਜੀ ਮੈਂ ਪੰਜਾਬੀ ਬੋਲਦੇ ਇਲਾਕੇ ਮੰਗ ਲਏ ਜੀ ਮੈਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਕੇ ਆਇਆ ਜੀ ਵੀ ਸਾਡੀ ਹੈ ਜੀ ਇਹ ਤੇਰੇ ਕੋਲ ਗੱਲਾਂ ਨੇ ਗੱਲਾਂ ਇਹ ਸਾਰੀਆਂ ਗੱਲਾਂ ਤੂੰ ਘਿਰਦਾ ਬੁਰੀ ਤਰ੍ਹਾਂ ਘਿਰਿਆ ਹੋਇਆ ਕੋਈ ਵੀ ਗੱਲ ਤੇਰੇ ਕੋਲ ਹਾਲੇ ਤੱਕ ਤਾਂ ਤੂੰ ਕੋਈ ਦੱਸ ਨਹੀਂ ਸਕਿਆ ਤੂੰ ਕੋਈ ਕਾਰਵਾਈ ਨਹੀਂ ਕਰ ਸਕਿਆ ਤੈਨੂੰ ਤਾਂ ਰੜਕਦਾ ਖਹਿਰਾ ਕਿਉਂਕਿ ਤੇਰੀ ਬੀਬੀ ਮਾਣੂ ਕਿਆਲੀ ਨੇ ਕੋਠੀ ਦੱਬੀ ਤੇਰੀ ਬੀਬੀ ਮਾਣੂ ਕਿਆਲੀ ਨੇ ਖਹਿਰੇ ਨੇ ਆਵਾਜ਼ ਬੁਲੰਦ ਕੀਤੀ ਤੇਰੀ ਬੀਬੀ ਨੂੰ ਕੋਠੀ ਵਾਪਸ ਕਰਨੀ ਪਈ ਖਹਿਰਾ ਤੇਰੀ ਐਨ ਕੱਲੀ ਕੱਲੀ ਗੱਲ ਕੱਢ ਕੇ ਲੈ ਕੇ ਆਉਂਦਾ ਤਾਂ ਤੂੰ ਉਸ ਗੰਦੀ ਰਾਜਨੀਤੀ ਦੇ ਤਹਿਤ ਅੱਜ ਖਹਿਰੇ ਨੂੰ ਅੰਦਰ ਸੁੱਟਿਆ ਯਾਰ ਪੰਜਾਬ ਦੇ ਲੋਕੋ ਤੁਹਾਨੂੰ ਕਹਿਣਾ ਚਾਹੁੰਦਾ ਮੇਰੇ ਤੇ ਵੀ ਪਰਚਾ ਦਿੱਤਾ ਸੀਗਾ ਤਰਨ ਤਾਰਨ ਪਰਚਾ ਦਿੱਤਾ ਮੇਰੇ ਤੇ ਵੀ ਇਹਨੇ NDPS ਦਾ ਨਸ਼ੇ ਦਾ ਚਿੱਟੇ ਦਾ ਉਹ ਮੈਨੂੰ ਵੀ ਇਹਨੇ ਫਸਟ ਜੀਵਨੀ ਚ ਕੱਢਿਆ ਹੋਇਆ ਐਂ ਨੀ ਪਤਾ ਕੱਲ ਨੂੰ ਮੇਰੇ ਖਿਲਾਫ ਵੀ ਕੋਈ ਉੱਥੇ ਕਹਿ ਦਿੰਦਾ ਜੀ ਫਲਾਨਾ ਬੰਦਾ ਫੜ ਲਿਆ ਜੀ ਇਹਨੂੰ ਗ੍ਰਿਫਤਾਰ ਕੀਤਾ ਜੀ ਉਹਨੇ ਲੱਖੇ ਦਾ ਨਾਂ ਲੈਤਾ ਜੀ ਤਾਂ ਲੱਖੇ ਨੂੰ ਫੜ ਰਹੇ ਆ ਸੋ ਬੰਦੇ ਰਹਿ ਕਿੰਨੇ ਗਏ ਪੰਜਾਬ ਚ ਬੋਲਣ ਵਾਲੇ ਯਾਰ ਆ ਸਭ ਰਲੇ ਹੋਏ ਆ ਰਾਜੇ ਬੜੈਂਗਰ ਗਏ ਤੇ ਦੂਜੇ ਤੀਜੇ ਸਭ ਰਲੇ ਹੋਏ ਆ ਕੋਈ ਬੰਦਾ ਹੁਣ ਮੈਂ ਪੁੱਛਣਾ ਚਾਹੁੰਦਾ ਹੈ ਖਹਿਰਾ ਕਾਂਗਰਸ ਪਾਰਟੀ ਦਾ ਇੱਕ ਬੰਦਾ ਹੈ ਉਹਦੇ ਵੱਲੋਂ ਚੋਣ ਲੜਿਆ ਉਹਨਾਂ ਦਾ ਮੈਂਬਰ ਹੈ ਕੀ ਕਾਂਗਰਸ ਹੁਣ ਸੜਕਾਂ ਤੇ ਉਤਰੂਗੀ ਇਹਦੇ ਲਈ ਕੀ ਧਰਨੇ ਲਾਊਗੀ ਕੀ ਬੁੱਚੜ ਦੇ ਖਿਲਾਫ ਬੋਲਣਗੇ ਸਭ ਅੰਦਰ ਖਾਤੇ ਸੈਟਿੰਗਾਂ ਨੇ ਯਾਰ ਮਾੜਾ ਮੋਟਾ ਬਸ ਉਹਨਾਂ ਕੁ ਡਰਾਮਾ ਕਰ ਦੇਣਗੇ ਉਹਨਾਂ ਕੁ ਲੀਪਾ ਪੋਚੀ ਕਰ ਦੇਣਗੇ ਉਨੀ ਡਟ ਕੇ ਲੜਾਈ ਨਹੀਂ ਲੜਨਗੇ ਖਹਿਰੇ ਦੇ ਲਈ ਸੋ ਪੰਜਾਬ ਦੇ ਲੋਕ ਸੋਨੂੰ ਕਹਿਣਾ ਚਾਹੁੰਦਾ ਸੋਨੂੰ ਅਪੀਲ ਆ ਬਾਈ ਕਿ ਜੇ ਇਹ ਬੁੱਚੜ ਨੂੰ ਨੱਥ ਪਾਉਣੀ ਹੈ ਇਹ ਬਹੁਤ ਵੱਡੇ ਨੁਕਸਾਨ ਕਰੂਗਾ ਮੇਰੀ ਗੱਲ ਯਾਦ ਰੱਖਿਓ ਇਹ ਬਹੁਤ ਵੱਡੇ ਨੁਕਸਾਨ ਕਰੂਗਾ ਪੰਜਾਬ ਦੀ ਜਵਾਨੀ ਦਾ ਕਿਸਾਨੀ ਦਾ ਪੰਜਾਬ ਦੇ ਲੋਕਾਂ ਦਾ ਇਹ ਬਹੁਤ ਗੰਦੀ ਮਾਨਸਿਕਤਾ ਦਾ ਬੰਦਾ ਹੈ ਬਹੁਤ ਇਹਦੇ ਅੰਦਰ ਹੰਕਾਰ ਆ ਤੇ ਇੱਕ ਬਦਲਾਖੋਰੀ ਦਾ ਐਡਾ ਇਹਦੇ ਅੰਦਰ ਹੈ ਜਾਂ ਆਪਾਂ ਨਹੀਂ ਕਹਿੰਦੇ ਵੀ ਉੱਠ ਤੇ ਝੋਟੇ ਦਾ ਵੈਰ ਜਿਹੜਾ ਉਹ ਮਾੜਾ ਹੁੰਦਾ ਇਹ ਉਸ ਤਰ੍ਹਾਂ ਦਾ ਵੈਰ ਵਾਲਾ ਬੰਦਾ ਉਸ ਤਰ੍ਹਾਂ ਦੀ ਭਾਵਨਾ ਰੱਖਣ ਵਾਲਾ ਬੰਦਾ ਮਨ ਦੇ ਵਿੱਚ ਲੋਕਾਂ ਨੂੰ ਲੱਗਦਾ ਬਹੁਤ ਹਰਮਨ ਪਿਆਰਾ ਇਹ ਬੜੀਆਂ ਵਧੀਆ ਗੱਲਾਂ ਕਰਦਾ ਇਹ ਇਕੱਲੀਆਂ ਗੱਲਾਂ ਹੀ ਕਰਦਾ ਅੰਦਰ ਇਹਦੇ ਇੰਨੀ ਜ਼ਹਿਰ ਭਰੀ ਹੈ ਬੰਦਿਆਂ ਦੇ ਖਿਲਾਫ ਤੇਰੀ ਤੱਥਾਂ ਦੇ ਨਾਲ ਤੇਰੀ ਦਲੀਲਾਂ ਦੇ ਨਾਲ ਅਸੀਂ ਆਲੋਚਨਾ ਕਰਦੇ ਹਾਂ ਤੂੰ ਜਵਾਬ ਦੇ ਜੇ ਅਸੀਂ ਗਲਤ ਹੈ ਵੀ ਤੂੰ 50,000 ਕਰੋੜ ਰੁਪਇਆ ਚੱਕ ਕੇ ਕਰਜ਼ਾ ਪੰਜਾਬ ਸਿਰ ਮੜ ਰਿਹਾ ਤੂੰ ਕਹਿਣਾ ਮੈਂ ਸਰਬਾਹ ਦੀ ਗੋਲੀ ਖਾਊਂਗਾ ਮੈਂ 1 ਰੁਪਇਆ ਨਹੀਂ ਪੰਜਾਬ ਦਾ ਇੱਧਰ ਉੱਧਰ ਜਾਣ ਦਿੰਦਾ ਆ ਤੇਰੀਆਂ ਵੀਡੀਓ ਮੈਂ ਚਲਾ ਦਿੰਦਾ ਸੁਣ ਲਾ ਆ ਸੁਣ ਲਾ ਉਹ ਵੀ ਸੁਣ ਲਾ ਜਿਹੜੀਆਂ ਤੂੰ ਡਰਾਮੇ ਕਰ ਰਿਹਾ ਲੋਕੋ ਸੁਣ ਲਿਆ ਕਰੋ ਪੰਜਾਬ ਦਿਓ ਇਹ ਕੀ ਡਰਾਮੇ ਕਰਦਾ ਕਿਵੇਂ ਤੁਹਾਨੂੰ ਗੁੰਮਰਾਹ ਕਰਦਾ ਇਹ ਸੁਣੋ ਤੁਹਾਨੂੰ ਮੈਂ ਸਾਰੀਆਂ ਕਰਤੂਤਾਂ ਦੀਆਂ ਸੁਣਾਉਣਾ
ਦਾਦਾ ਮੇਰਾ ਨੰਬਰ ਆਇਆ ਕਈ ਵਾਰੀ ਕਿਸੇ ਨੇ ਮੇਰੇ ਨਾਲ ਸੰਪਰਕ ਕਰਨਾ ਹੋਵੇ ਆ ਸੁਣ ਲਓ जवाब मंगोगे एक रुपया नहीं इधर उधर जान दिंदा ते ओ 50,000 करोड़ रुपया कर्जा चक के लाया कित्थे नूं पुछो 8 सीटा जहाज खरीदया 10 लाख रुपया खड़े दा किराया पैंदा ओ कित्थे आ ओदा जवाब कौन देगा तू बोर्डां दे उत्ते तेरे कल्ले मोहाली चंडीगढ़ दे विच कल्लियां फुटमाले तेरे बोर्ड लगे हुण लखां रुपया खर्चा तू कर रहा है कई हजार रुपया किराया दे के एक एक दिन का बोर्ड का तू उत्थे खर्चा कर रहा है कई हजार रुपया किराया देना जिहदे तेरियां फुटमां ते कई जगह लगियां होईयां ने इधर ये पैसे किधर आ रहे हैं जिहड़े तू बर्बाद कर रहा है इहदा जवाब कौन देगा इहदा हिसाब कौन देगा ये किहदे पैसे ने जिहड़े 40 लाख रुपया जहाज का गेड़ा पैंदा उह पैसे किहदे है तू एक दिन लुधियाने मेले ते आउणा 30 तों 32 लाख रुपए का चाह पानी का खर्चा पा देने वो पैसे किहदे है जिहड़े तू ऐ तां दे पत्ते वांगू ऐ उड़ा रहे पंजाब दे पैसे पंजाब दे खजाने लोगों के पैसे ने इहदे नाल कोई जवाब नहीं चिट्टे दे कोई जवाब नहीं जिथे तू हर गल दे घिर जाना तू दूजे पासे हो जाना आ तैनूं मैं होर भी सुनूं लोको इन्हां ने सुनाउणा सारियां करतूतां सुन लिया करो आ सुन लो उसमें ना मेरे पास कोई गाड़ी है ना मेरे पास कोई जमीन है ना बंगला है गाड़ी भी नहीं है थोड़ी बहुत संपत्ति है जो मैंने जब मैं पेशे से चार्टर्ड अकाउंटेंट हूँ और आप तो बहुत सारे लोग देखेंगे किसी के पास कुछ है नहीं तो फिर तो चांस ही मत लगाओ हो सकता है कि नहीं हमने जैसे मैंने कहा से अपनी इलेक्शन को फंड करने के लिए पैसा जुटाया मैं मॉडर्न स्कूल में पढ़ा मेरे स्कूल के जितने पुराने पिछले 60 साल में जितने भी लोग उस स्कूल से ग्रेजुएट हुए उन तक मैं पहुंचा फोन के माध्यम से ईमेल के माध्यम से वेबसाइट के माध्यम से मैं पेशे से चार्टर्ड अकाउंटेंट हूँ तो जितने भी चार्टर्ड अकाउंटेंट्स उत्तर भारत में रहते हैं उन सन सबसे मैंने संपर्क किया अपने परिवार वाले अपने दोस्त एओ वासोडा सुपर सीएम चड्डा जिदा होने होने ब्याह होके आडा जिन्हें 10 लाख रुपये का दिन का किराया दिता वो होटल जरा चार स्पेरों पहाड़ों घिरया होया झीलों घिरया होया उ 10 लाख रुपया किराया जिथे आने जी परनीति चोपड़ा ने पैसे देते कि परनीति चोपड़ा फेल एक्टर नहीं सी दुखी कोई दंदा नहीं कि फिल्मा चलियां उदियां तुम आप ही हिसाब ला लो जड़िया एक्टरनिया ने आ माधुरी दीक्षित होगी शिल्पा शेट्टी होगी होर दूजिया तीजिया यदि भैन ही है परनीति चोपड़ा जो कुड़ी प्रियंका चोपड़ा सारिया ने आ तो 10-10, 15-15 साल के बड़िया ब्याह करा लिया उमरदिया जेडे कोई तगड़े कारोबारी सी कि बहर करा लिया जे इन तगड़िया होन इन पैसे वाली हो मुंडिया खुंडिया या फिल्मी एक्टर ब्याह करा लेना यह फेल हो गई एक्टरनिया मुड़ के यह नुकसान लेंदियां उन्होंने पता सगा मोटा माल पंजाब का आया हुआ चढ़े को 150 करोड़ का बंगला खरीदया गुड़गांव की यदि जांच होगी इसे चढ़े ने जिहड़ा कहिंदा सीगा आ 17 की 19 की वीडियो है जिसे कहिंदा जी मैं सब तो गरीब बंदा जी मेरा चार्टर्ड अकाउंटेंट है जी जिन्हें 2.5 लाख रुपया दिखाई सी एक साल की 20 ते 21 की वह अज करोड़ा रुपया ब्याह से किवें ला रहा वह पैसा कितों आ रहा असी जवाब साढ़े इनको 1,000-4,000 रुपया ला दे असी यह पुछना चाहते हैं भी वह पैसा पंजाब का है पंजाब के खजाने चो गया लोगों का खून चूस के पैसा जो इकट्ठा करते हो टैक्स ला के हर चीज से टैक्स चक्या हुआ तेल से टैक्स बढ़ाता होर चीजा टैक्स बढ़ाता पंजाब सरकार ने वह पैसा पंजाब का है जो तुम ऐ ला रहे हैं पत्तियां तां ते गुरशा लड़ा रहे हो जो चढ़े कहते ब्याह च सो भाई पंजाब के लोगों तहानू अपील है ये बचड़ने पता नहीं कल मेरी बारी आ जाए कल किसी होर की बारी आ जाए इन्हें बचड़ने हरकत कर बचड़ बहुत माड़ी सोडे नाल करूगा सब तो मैं पहला भी कहना है ये बहुत बड़ा गदार साबित तो होगा पंजाब का तेरे जो है मत आ तू बैठ खरे के सामने बह जा फिर दे जवाब खरे नू जे तेरे जो हिम्मत हैगी आ तू कहना मैं बहुत बड़ा दर्दी हाँ पंजाब का मैं तो पंजाब के भले लिए तुरया हुआ मैं तो एक रुपया नहीं खाता मैं तो पंजाब लिए ऐ करना मैं पंजाब लिए करना है फिर जवाब दे गल्लां दा
फिर तू झूठे मुकदमे जिहड़े सुप्रीम कोर्टां ने भी रद्द कीते होए ने उन्हां दे विच खैरे दी गिरफ्तारी पा रहा क्यों पा रहा बई कोई है जवाब कोई जवाब नहीं तेरे कोले ओए भवंत सिंह इत्थे वड्डे वड्डे तुर गए एडिया एडिया सल्तनतां दे हुकूमतां दे मालक तुर गए जिन्हां बिना पत्ता नहीं सी हलदा पत्ता तू किहड़े बाग दी मूलियां किहड़े चक्करां तुरिया फिरदा छड़ दे चंगियां नहीं हुंदियां भाईदियां नूं बाण इक्को जिहा हुंदा कल कोई होर पावर च आ गया ਇੱਥੋਂ ਭੱਜਿਆ ਨਹੀਂ ਜਾਣਾ ਇਹ ਚੰਗਾ ਨਹੀਂ ਹੁੰਦਾ ਸਹੀ ਗੱਲ ਕਰ ਸਹੀ ਕਰੇਗਾ ਮੈਂ ਕੱਲ੍ਹ ਪਰਸੋਂ ਵੀ ਬੋਲਿਆ ਸੀਗਾ ਜਦੋਂ ਆਹ ਰੌਲਾ ਪਿਆ ਚਿੱਟੇ ਵਾਲਾ ਮੈਂ ਜਿੱਥੇ ਤੂੰ ਸਹੀ ਹੋਏਗਾ ਤੇਰੀ ਸ਼ਾਬਾਸ਼ੇ ਤੈਨੂੰ ਦੇਵਾਂਗੀ ਵੀ ਹਾਂ ਭਵੰਤ ਨੇ ਇੱਥੇ ਆਹ ਕੰਮ ਚੰਗਾ ਕੀਤਾ ਪਰ ਤੂੰ ਜਿਹੜਾ ਆਹ ਕੰਮ ਕਰ ਰਿਹਾ ਇਹ ਬਰਦਾਸ਼ਤ ਨਹੀਂ ਹੋਣਾ ਇਹ ਪੰਜਾਬ ਦੇ ਲੋਕਾਂ ਨੂੰ ਤੂੰ ਤਸੀਰ ਹੀ ਨਹੀਂ ਸਮਝ ਰਿਹਾ ਤਸੀਰ ਤਾਂ ਤੂੰ ਤਾਂ ਸਮਝੇਗਾ ਜੇ ਤੇਰੇ ਚ ਕੋਈ ਅਣਖ ਵਾਲਾ ਗੈਰਤ ਵਾਲਾ ਖੂਨ ਹੋਵੇ ਖੂਨ ਤਾਂ ਬੁੱਟਣ ਵਾਲਾ ਬੁਜਦਲਾਂ ਦੇ ਕੈਰਾਂ ਵਾਲਾ ਇਹ ਕੈਰ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਬੁਜਦਲ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਮਰਦ ਬੰਦਿਆਂ ਦੇ ਹਿੱਕ ਚ ਵੱਜਣ ਦੀ ਬਜਾਏ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਬਜਾਏ ਇਹੋ ਜਿਹੀ ਬੁਜਦਲ ਜਿਹੜੀ ਤੂੰ ਕਾਰਵਾਈਆਂ ਕਰ ਰਿਹਾ ਬੁਜਦਲ ਬੰਦਿਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਬੁਜਦਲ ਬੰਦਾਂ ਤੋਂ ਇਹ ਪੰਜਾਬ ਐਂ ਨਹੀਂ ਕਾਬੂ ਆਉਂਦਾ ਜਿਵੇਂ ਤੂੰ ਗੱਲਾਂ ਕਰਦਾ ਨਾ ਵੀ ਐਂ ਦੱਬ ਲਏਗਾ ਭੁੱਲ ਜਾ ਤੂੰ ਖਹਿਰਾ ਸਿੱਟਦਾ ਕੱਲ ਨੂੰ ਮੈਨੂੰ ਸਿੱਟ ਦੇਗਾ ਪਰਸੋਂ ਹੋਰ ਨੂੰ ਸਿੱਟ ਦੇਗਾ ਇਹਦੇ ਹਜ਼ਾਰਾਂ ਹੋਰ ਖੜੇ ਹੋਣਗੇ ਕਿੰਨੇ ਕੁ ਨੂੰ ਸਿੱਟੇਗਾ ਇਹ ਪਹਿਲਾਂ ਨਹੀਂ ਕਦੇ ਇੱਥੇ ਲੋਕਾਂ ਨੇ ਪ੍ਰਤਿਆ ਕੇ ਦੇਖੇ ਇਹ ਲੋਕ ਪੰਜਾਬ ਦੇ ਬਥੇਰੇ ਮੁਗਲਾਂ ਨੇ ਅੰਗਰੇਜ਼ਾਂ ਨੇ ਫਾਂਸੀਆਂ ਦੇ ਚਾੜ੍ਹਤੇ ਗੋਲੀਆਂ ਮਾਰਤੀਆਂ ਸਿਰ ਵੱਢ ਕੇ ਲੈ ਗਏ ਸਿਰਾਂ ਦੇ ਮੁੱਲ ਪੈ ਗਏ ਉਦੋਂ ਕਦੇ ਇਹ ਕਾਬੂ ਆ ਗਏ ਆ ਮੋਦੀ ਨੇ ਬਥੇਰਾ ਕੁਛ ਕਰਕੇ ਦੇਖ ਲਿਆ ਕਾਲੇ ਕਾਨੂੰਨ ਲਿਆ ਕੇ 700 ਬੰਦਾ ਸਾਡਾ ਉੱਥੇ ਮਰਵਾਤਾ ਉੱਥੇ ਕਦੇ ਕਾਬੂ ਆ ਗਏ ਤੂੰ ਕਿਹੜੇ ਚੱਕਰਾਂ ਤੁਰਿਆ ਫਿਰਦਾ ਕੀ ਸਾਬਤ ਕਰਨ ਤੇ ਲੱਗਿਆ ਹੋਇਆ ਭਗਤੋ ਇੰਨੇ ਭਗਤੋ ਜਵਾਬ ਦਿਓ ਇਸ ਗੱਲ ਦਾ ਉਹ ਜਵਾਬ ਦਿਓ ਇੰਨੇ ਭਗਤੋ ਕੀ ਤੁਹਾਡੇ ਕੋਲ ਜਵਾਬ ਹੈ ਕਿ ਖਹਿਰੇ ਦਾ ਇੱਕ ਰੱਦ ਹੋਇਆ ਕੁਐਸ਼ ਹੋਈ ਐਫ ਆਈ ਆਰ ਦੇ ਖਿਲਾਫ਼ ਜਿਹੜੀ ਕਾਰਵਾਈ ਸੀ ਸੁਪਰੀਮ ਕੋਰਟ ਜਿਹੜੀ ਸਭ ਤੋਂ ਉੱਚੀ ਕੋਰਟ ਹੈ ਭਾਰਤ ਦੀ ਉਹਨੇ ਇਹ ਰੱਦ ਕੀਤੀ ਕੁਐਸ਼ ਕੀਤੀ ਉਹਦੇ ਬਾਵਜੂਦ ਇਹਨਾਂ ਨੇ ਇੱਕ ਜਿਮਣੀ ਲਿਖ ਕੇ ਬੰਦੇ ਤੋਂ ਬਿਆਨ ਲੈ ਕੇ ਅੱਜ ਤੜਕੇ ਚੰਡੀਗੜ੍ਹ ਆ ਕੇ ਉਹਦੇ ਘਰੋਂ ਚੱਕ ਲਿਆ ਯਾਰ ਇਹ ਰਾਜਨੀਤੀ ਹੈ ਯਾਰ ਇਹ ਬਦਲਾਅ ਅਸੀਂ ਬਦਲਾਅ ਲਿਆਂਦਾ ਅਸੀਂ ਬਦਲਾਅ ਅਸੀਂ ਇਨਕਲਾਬ ਲਿਆਂਦਾ ਇਹ ਇਨਕਲਾਬ ਆ ਤੁਹਾਡਾ ਸੋ ਮੈਂ ਅਖੀਰ ਤੇ ਕਹਿਣਾ ਚਾਹੁੰਦਾ ਆਹ ਤਾਂ ਜਿਹੜੇ ਹੈਗੇ ਦੂਜੇ ਆਪਣਾ ਕਾਂਗਰਸੀ ਜਿਹਦਾ ਤੁਹਾਨੂੰ ਮੈਂ ਫੇਰ ਕਹਿੰਦਾ ਵੀ ਖਾਨਾ ਪੂਰਤੀ ਡਰਾਮੇ ਕਰਨਗੇ ਇਕੱਲੀ 19 ਕੁ ਬਸ ਫਾਰਮੈਲਿਟੀ ਕਰ ਦੇਣਗੇ ਕਿਉਂਕਿ ਅੰਦਰ ਖਾਤੇ ਸਾਹਿਬ ਦੀਆਂ ਐ ਜੱਫੀਆਂ ਪੂਰੀਆਂ ਹੱਥ ਮਿਲੇ ਹੋਏ ਆ ਰਾਜੇ ਵੜਿੰਗਰ ਕਹਿੰਦੇ ਆਪਦੇ ਡਰੋਂ ਵੀ ਸਾਡਾ ਨਾ ਕੋਈ ਇਧਰੋਂ ਬੱਸਾਂ ਬੁੱਸਾਂ ਵਾਲਾ ਬਾਡੀਆਂ ਬੁੱਡੀਆਂ ਵਾਲਾ ਪਰਚਾ ਖੋਲ ਦੇ ਸਾਨੂੰ ਨਾ ਕਦੇ ਕੋਈ CBI ਆਪਣਾ ਵਿਜੀਲੈਂਸ ਆ ਕੇ ਫੜ ਲੇ ਇਹਦਾ ਅੰਦਰੋਂ ਇੱਕ ਨੇ ਘਿਓ ਖਿਚੜੀ ਆ ਸਾਰੇ ਇਹ ਥੋੜਾ ਮੋਟਾ ਕਰਨਗੇ ਪਰ ਪੰਜਾਬ ਦੇ ਲੋਕੋ ਜੇ ਇਹ ਨਾ ਕੀਤਾ ਦੇਖਦੇ ਆ ਕਾਂਗਰਸੀਆਂ ਨੂੰ ਜੇ ਕਾਂਗਰਸੀ ਅੱਜ ਖਹਿਰੇ ਦੇ ਨਾਲ ਨਹੀਂ ਖੜਦੇ ਨਹੀਂ ਸੜਕਾਂ ਦੇ ਉਤਰਦੇ ਨਹੀਂ ਕੋਈ ਧਰਨੇ ਪ੍ਰਦਰਸ਼ਨ ਮੁਜ਼ਾਹਰੇ ਰੋਸ ਮੁਜ਼ਾਹਰੇ ਕਰਦੇ ਤਾਂ ਫਿਰ ਪੰਜਾਬ ਦੇ ਲੋਕੋ ਤੁਹਾਨੂੰ ਬਾਈ ਹਾਕ ਮਾਰਾਂਗੇ ਸੱਦਾ ਦੇਵਾਂਗੇ ਉੱਥੇ ਪੈਰ ਜੁੱਤੀ ਨਾ ਪਾਇਓ ਅੱਜ ਫਰਜ਼ ਬਣਦਾ ਯਾਰ ਅੱਜ ਫਰਜ਼ ਬਣਦਾ ਉਹ ਬੰਦਾ ਹਮੇਸ਼ਾ ਆਪਣੀ ਪਾਰਟੀ ਦੀ ਲਾਈਨ ਤੋਂ ਹਟ ਕੇ ਬੋਲਿਆ ਹਾਲਾਂਕਿ ਜਦੋਂ ਕੋਈ ਬੰਦਾ ਕਿਸੇ ਪਾਰਟੀ 'ਚ ਹੁੰਦਾ ਤਾਂ ਉਹ ਬੰਦੇ ਦੀਆਂ ਪਾਰਟੀ ਦੀਆਂ ਜਿਹੜੀਆਂ ਗਾਈਡਲਾਈਨਾਂ ਹੁੰਦੀਆਂ ਨੇ ਪਾਰਟੀਆਂ ਜੋ ਹਦਾਇਤਾਂ ਹੁੰਦੀਆਂ ਨੇ ਉਹਨੂੰ ਮੰਨਣਾ ਪੈਂਦਾ ਹੁੰਦਾ ਪਰ ਉਹ ਬੰਦੇ ਨੇ ਇਹਨਾਂ ਗੱਲਾਂ ਦੀ ਪਰਵਾਹ ਕਰਦੇ ਹੋਏ ਹਮੇਸ਼ਾ ਜਦੋਂ ਜਦੋਂ ਵੀ ਕੋਈ ਗੱਲ ਪੰਜਾਬ ਦੇ ਉੱਤੇ ਪਈ ਹੈ ਜਦੋਂ ਜਦੋਂ ਵੀ ਕੋਈ ਪੰਜਾਬ 'ਚ ਜ਼ੁਲਮ ਹੋਇਆ ਉਹਨੇ ਹਮੇਸ਼ਾ ਇਹ ਗੱਲ ਦੀ ਨਾ ਪਰਵਾਹ ਕਰਦੇ ਹੋਏ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ ਪੰਜਾਬ ਦੇ ਹੱਕ 'ਚ ਬੋਲਿਆ ਸੋ ਬਾਈ ਅੱਜ ਸਾਡਾ ਫਰਜ਼ ਬਣਦਾ ਅੱਜ ਕੱਲਾ ਇੱਥੇ ਨਾ ਵੀ ਹਾਂ ਬਾਈ ਮਾੜੀ ਹੋਈ ਗਲਤ ਹੋ ਗਿਆ ਇਹ ਬੁੱਚੜ ਆ ਇਹ ਫਲਾਨਾ ਇੱਥੇ ਬਾਈ ਇਕੱਲੀਆਂ ਟਿੱਪਣੀਆਂ ਨਾਲ ਨਹੀਂ ਗੱਲ ਬਣਨੀ ਤੁਹਾਨੂੰ ਜੇ ਇਹ ਕਾਂਗਰਸ ਨਹੀਂ ਕੁਛ ਕਰਦੀ ਸੱਦਾ ਦੇਵਾਂਗੇ ਵੱਡੇ ਇਕੱਠ ਦਾ ਪੰਜਾਬ 'ਚ ਅਤੇ ਮੂੰਹ ਤੋੜ ਜਵਾਬ ਦੇਵਾਂਗੇ ਇਸ ਭੰਤ ਤੇ ਬੁੱਚੜ ਨੂੰ ਕਿ ਬੁੱਚੜਾ ਮੈਂ ਇਹ ਸ਼ਬਦ ਤੇਰੇ ਲਈ ਵਰਤੇ ਨਹੀਂ ਸੀ ਤੇਰੇ ਬਾਰੇ ਬਹੁਤ ਲੋਕ ਪੁੱਠਾ ਸੱਦਾ ਸ਼ਰਾਬੀ ਕਬਾਬੀ ਭੰਡ ਜੇ ਉਹ ਬੋਲਦੇ ਆ ਮੈਂ ਤੇਰੇ ਬਾਰੇ ਵਰਤੇ ਨਹੀਂ ਸੀ ਸ਼ਬਦ ਵਰਤਣਾ ਵੀ ਨਹੀਂ ਚਾਹੁੰਦਾ ਕਿਉਂਕਿ ਤੂੰ ਜਿਹੜੀ ਕੁਰਸੀ ਤੇ ਬੈਠਾ ਉਹ ਤੈਨੂੰ ਲੱਖਾਂ ਬੰਦਿਆਂ ਨੇ ਕਰੋੜਾਂ ਬੰਦਿਆਂ ਨੇ ਤੈਨੂੰ ਚੁਣ ਕੇ ਬਿਠਾਇਆ ਮੇਰਾ ਹੱਕ ਵੀ ਨਹੀਂ ਬਣਦਾ ਕਿ ਮੈਂ ਤੇਰੇ ਖਿਲਾਫ਼ ਉਹ ਸ਼ਬਦ ਬੋਲਾਂ ਪਰ ਅੱਜ ਜਿਹੜੀ ਯਾਰ ਤੂੰ ਆ ਹੱਦ ਟੱਪ ਗਿਆ ਨਾ ਹੁਣ ਅੱਜ ਮੈਨੂੰ ਤੈਨੂੰ ਬੁੱਚੜ ਕਹਿਣਾ ਪੈ ਰਿਹਾ ਇਹ ਬੁੱਚੜਾ ਤੋਂ ਵੀ ਬਹੁਤ ਘਟੀਆ ਕਰਤੂਤ ਜਿਹੜੀ ਤੂੰ ਕੀਤੀ ਆ ਤੇਰੇ ਕੋਲ ਕੋਈ ਜਵਾਬ ਨਹੀਂ ਤੂੰ ਆਹ ਕੁਛ ਕਰ ਰਿਹਾ ਸੋ ਇਸ ਕਰਕੇ ਮੈਂ ਤੁਹਾਨੂੰ ਅਪੀਲ ਕਰਦਾ ਲੋਕੋ ਜੇ ਅਸੀਂ ਨਾ ਇਕੱਠੇ ਹੋਏ ਹੋ ਸਕਦਾ ਕੋਈ ਖਹਿਰੇ ਦਾ ਅੰਦਰ ਇਹ ਨੁਕਸਾਨ ਕਰਾਵੇ ਜਾਂ ਉਹਨੂੰ ਤੰਗ ਪਰੇਸ਼ਾਨ ਪੁਲਿਸ ਦੁਆਰਾ ਜਾਂ ਅੰਦਰ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਦੁਆਰਾ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਰਹੇ ਹੋਵੇ ਕਿਉਂਕਿ ਇਹ ਬਹੁਤ ਜ਼ਿਆਦਾ ਮਸਲਾ ਜਿਹੜਾ ਇਹ ਅੰਦਰੋਂ ਇੰਨੀ ਉਹਦੇ ਖਿਲਾਫ਼ ਜ਼ਹਿਰ ਰੱਖਦਾ ਇਹ ਪਤਾ ਨਹੀਂ ਕੀ ਕਰਾ ਸਕਦਾ ਅਤੇ ਮੈਂ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਯਾਰ
ਸੋਡਾ ਵੀ ਕੋਈ ਦੀਨ ਮਾਨ ਹੈ ਕਿ ਨਹੀਂ ਹੈ, ਕੋਈ ਜ਼ਮੀਰ ਹੈ ਕਿ ਨਹੀਂ ਹੈ। ਇਹ ਥੋੜੀ ਹੁੰਦਾ ਵੀ ਯਾਰ ਜਿਵੇਂ ਇਹਦਾ ਹੈਗਾ 3 ਸਾਲ ਨੂੰ ਨਹੀਂ ਹੋਣਾ, ਤੁਸੀਂ ਤਾਂ ਇੱਥੇ ਰਹਿਣਾ ਯਾਰ, ਜਿਹੜਾ IPS ਉਹਨੇ ਇੱਥੇ ਰਹਿਣਾ, ਤੁਸੀਂ ਤਾਂ ਮਾੜੀ ਮੋਟੀ ਯਾਰ ਘੱਟੋ ਘੱਟ ਗੱਲ ਨੂੰ ਹੱਥ ਮਾਰੋਗੇ। ਨਹੀਂ ਯਾਰ, ਜਿੱਥੇ ਧੱਕਾ ਅਸੀਂ ਨਹੀਂ ਕਰਾਂਗੇ। IPS ਦੀ ਇੱਕ ਯੂਨੀਅਨ ਹੈ ਕਿ ਉਹ ਨਹੀਂ ਕਹਿ ਸਕਦੀ ਕਿ ਨਹੀਂ ਜੀ ਅਸੀਂ ਇਹ ਕਾਰਵਾਈ ਨਹੀਂ ਕਰਾਂਗੇ। ਕੋਈ ਪੁੱਛਦੇ ਨਹੀਂ ਯਾਰ, ਸ਼ਰੇਆਮ ਚੱਕ ਕੇ ਤੁਸੀਂ ਬੰਦਾਂ ਦਾ ਠੋਕਦੇ ਹੋ ਯਾਰ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੀਰ ਲਿਖਦਾ ਆਵਾਜ਼ ਨਹੀਂ ਦੱਬਣੀ, ਆਵਾਜ਼ ਨਹੀਂ ਵੀਰੇ ਦੱਬ ਸਕਦਾ, ਇਹ ਤਾਂ ਭੁਲੇਖਾ ਪਾਲੀ ਫਿਰਦਾ। ਰੋਲ ਦੇਣਗੇ ਇਹਨੂੰ ਮਿੱਟੀ 'ਚ ਰੋਲ ਦੇਣਗੇ। ਆਪਾਂ ਅੱਜ ਬਾਦਲਾਂ ਨੂੰ ਗਾਲਾਂ ਕੱਢਦੇ ਹਾਂ ਨਾ, ਕਾਂਗਰਸੀਆਂ ਨੂੰ ਗਾਲਾਂ ਕੱਢਦੇ ਹਾਂ ਕਿ ਪੰਜਾਬ ਦੇ ਗਦਾਰ ਸੀ, ਇਹ ਸਭ ਤੋਂ ਵੱਡਾ ਗਦਾਰ ਇਤਿਹਾਸ 'ਚ ਲਿਖਿਆ ਜਾਊਗਾ, ਪੰਜਾਬ ਤੋਂ ਸਭ ਤੋਂ ਵੱਡਾ ਗਦਾਰ ਜਿਹੜਾ ਬਦਲਾਖੋਰ ਦੀਆਂ ਨੀਤੀਆਂ ਦੇ ਤਹਿਤ ਚੱਲਦਾ ਰਿਹਾ, ਜਿਹਨੇ ਪੰਜਾਬ ਨੂੰ ਜਮ੍ਹਾਂ ਖੂੰਜ, ਜਿਹੜਾ ਮਾੜਾ ਮੋਟਾ ਸਹਿਕਦਾ ਪੰਜਾਬ ਸੀ ਉਹਨੂੰ ਵੀ ਮਾਰ ਕੇ ਗਿਆ ਪੰਜਾਬ। ਦੇ ਤੇਰੇ ਕੋਲ ਕੀ ਜਵਾਬ ਆ? ਤੂੰ TCS ਕੰਪਨੀ ਨੂੰ ਪੇਪਰ ਪੰਜਾਬ ਦੇ, ਮੁੰਡੇ ਕੁੜੀਆਂ ਪੰਜਾਬ ਦੇ ਭਰਤੀ ਹੋਣੇ ਚਾਹੀਦੇ ਆ, ਤੂੰ ਬਾਹਰਲੇ ਲਿਆ ਲਾ ਬਿਠਾਈ ਜਾਂਦਾ। ਇੱਕ ਪ੍ਰਾਈਵੇਟ ਕੰਪਨੀ TCS ਨੂੰ ਠੇਕਾ ਦੇ ਰੱਖਿਆ ਭਰਤੀ ਦਾ ਕਿ ਸਾਡੇ ਕੋਲ ਗੁਰੂ ਨਾਨਕ ਯੂਨੀਵਰਸਿਟੀ, ਸਾਡੇ ਕੋਲ ਪੰਜਾਬੀ ਯੂਨੀਵਰਸਿਟੀ, ਸਾਡੇ ਕੋਲ ਪੰਜਾਬ ਯੂਨੀਵਰਸਿਟੀ, ਸਾਡੇ ਕੋਲ PAU ਯੂਨੀਵਰਸਿਟੀ, ਸਾਡੇ ਕੋਲ ਕਿੰਨੀਆਂ ਸੰਸਥਾਵਾਂ ਨੇ, ਪੇਪਰ ਨਹੀਂ ਲੈ ਸਕਦੀਆਂ? ਜਾਣ ਬੁੱਝ ਕੇ ਤੂੰ ਦੂਜੇ ਬੰਦਿਆਂ ਨੂੰ ਪੰਜਾਬ ਦੇ ਹੱਕ ਮਾਰ ਕੇ ਬਿਠਾਉਣਾ ਚਾਹੁੰਦਾ? ਕੋਈ ਇਹਦੇ ਕੋਲ ਜਵਾਬ ਨਹੀਂ। ਕਿੱਥੇ ਗਈ ਤੇਰੀ ਪੰਜਾਬੀ ਮਾਂ ਬੋਲੀ ਦਾ ਵੱਡਾ ਤੂੰ ਲਾਡਲਾ ਪੁੱਤ? ਕੱਲ੍ਹ ਜਦੋਂ ਤੂੰ ਉੱਥੇ ਆਇਆ, ਉੱਥੇ ਤੇਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਉੱਤਰੀ ਜ਼ੋਨ ਦੀ ਮੀਟਿੰਗ ਸੀਗੀ, ਅਮਿਤ ਸ਼ਾਹ ਆਇਆ, ਹਰਿਆਣੇ ਦਾ ਮੁੱਖ ਮੰਤਰੀ ਆਇਆ, ਹਿਮਾਚਲ ਦਾ ਆਇਆ, ਹੋਰ ਸੂਬਿਆਂ ਦੇ ਮੁੱਖ ਮੰਤਰੀ ਆਏ ਆ, ਉੱਥੇ ਪੰਜਾਬੀ ਮਾਂ ਬੋਲੀ ਕਿੱਥੇ ਸੀ? ਸਭ ਤੋਂ ਥੱਲੇ ਉੱਤੇ ਤੋਂ ਉੱਥੇ ਆਪਣੀ ਮਾਸੀ ਦਾ ਲਾਡਲਾ ਪੁੱਤ ਬਣਿਆ ਹੋਇਆ ਸੀ, ਜਿਹੜਾ ਤੂੰ ਕਹਿੰਦਾ ਸੀਗਾ ਕਿ ਪੂਰੇ ਬੋਰਡਾਂ ਦੇ ਉੱਤੇ ਅਸੀਂ ਪੰਜਾਬੀ ਉੱਪਰ ਕਰ ਦਾਂਗੇ। ਜਦੋਂ ਤੂੰ ਬੈਠਾ, ਤੇਰੀ ਸਰਕਾਰ ਦੇ ਲੱਗੇ ਹੋਏ ਬੋਰਡ ਹੈ, ਉੱਥੇ ਸਾਡੀ ਮਾਂ ਬੋਲੀ ਦੀ ਤੂੰ ਬੜੀ ਇੱਜ਼ਤ ਕਰ ਰਿਹਾ। ਆ ਇੱਕ ਲੱਗਦਾ ਖੈਰੇ ਦੇ ਨਸ਼ੇ ਦਾ ਕੇਸ ਹੈ, ਖੈਰੇ ਤੇ NDPS ਦਾ ਖੈਰਾ ਨਸ਼ਾ ਪਕਾਉਂਦਾ ਇਹ ਭਗਤ ਹੋਣਾ ਕੋਈ? ਭਗਤਾ ਦੱਸ, ਖੈਰਾ ਨਸ਼ਾ ਪਕਾਉਂਦਾ ਜਾਂ ਵੇਚਦਾ? ਮੈਂ ਪਕਾਉਂਦਾ, ਮੈਂ ਵੇਚਦਾ, ਉਹ ਮੇਰੇ ਤੋਂ ਵੀ ਪਰਚਾ ਦੇਤਾ ਤਰਨ ਤਾਰਨ, ਹੁਣ ਕੱਲ੍ਹ ਨੂੰ ਤੁਸੀਂ ਲੱਖੇ ਦੇ NDPS ਦਾ ਪਰਚਾ। ਇਹ ਸਰਕਾਰ ਕੀ ਨਹੀਂ ਕਰ ਸਕਦੀ? ਕੱਲ੍ਹ ਨੂੰ ਕੋਈ ਜਨਾਨੀ ਪੇਸ਼ ਕਰ ਦੇਣਾ ਵੀ ਲੱਖੇ ਨੇ ਬਲਾਤਕਾਰ ਕਰਤਾ, ਫੜ ਲਈ ਕੁੜੀ ਕਿਸੇ ਦੀ, ਫਿਰ ਉੱਥੇ ਮੈਂ ਬਲਾਤਕਾਰੀ ਬਣ ਜੂੰਗਾ, ਮੈਂ ਕੋਈ ਡਰੱਗ ਤਸਕਰ ਬਣ ਜੂੰਗਾ? ਆਹੀ ਤਾਂ ਕਰਤੂਤਾਂ ਸਰਕਾਰ ਕਰਦੀ ਰਹੀ ਹੈ। ਸੋ ਕੱਲ੍ਹ ਨੂੰ ਹੱਥ ਮਾਰੋ, ਕੱਲ੍ਹ ਨੂੰ ਹੱਥ ਮਾਰੋ ਵੀ ਕਿਵੇਂ ਇਹ ਜਿਹੜੇ ਬੰਦੇ ਨੂੰ ਦੱਬਦੇ ਨਹੀਂ, ਲੋਟ ਨਹੀਂ ਆਉਂਦੇ, ਉਹਨੇ ਕਿਰਦਾਰ ਨੂੰ ਕਿਵੇਂ ਮਾਰਦੇ ਆ, ਕਿਵੇਂ ਦਾਗੀ ਕਰਦੇ ਆ? ਕੋਈ ਚੱਟੇ ਦਾ ਪਰਚਾ ਦੇ ਦਿਓ, ਕੋਈ ਜਨਾਨੀ ਛੇੜਛਾੜ ਦਾ ਪਰਚਾ ਦੇ ਦਿਓ, ਕੋਈ ਉਹੋ ਜਿਹਾ ਚੋਰੀ ਦਾ ਪਰਚਾ ਦੇ ਦਿਓ। ਆ ਕਈ ਕਿਸਾਨ ਆਗੂਆਂ ਤੇ ਸਰਕਾਰ ਨੇ ਪੱਖੇ ਚੋਰੀ ਦੇ ਪਰਚੇ ਪਾਤੇ ਸੀਗੇ ਵੀ ਕਿਸਾਨ ਆਗੂ ਪੱਖੇ ਲਾ ਕੇ ਲੈ ਗਏ ਆਪਣੇ ਧਰਮਸ਼ਾਲਾ ਚੋਂ, ਪੰਚਾਇਤ ਘਰਾਂ ਚੋਂ। ਆਹ ਕਰਤੂਤਾਂ ਕਰਦੀਆਂ ਉਹਨਾਂ ਸਰਕਾਰਾਂ ਜਦੋਂ ਬੰਦੇ ਨੂੰ ਬਦਨਾਮ ਕਰਨਾ ਹੋਵੇ। ਫਿਰ ਸੁਣ, ਜਿਹੜਾ ਪਰਚਾ ਇਹਨਾਂ ਨੇ NDPS ਦਾ ਦਿੱਤਾ ਉਹ ਸੁਪਰੀਮ ਕੋਰਟ ਨੇ ਉਹ ਪਰਚੇ ਦੇ ਵਿੱਚੋਂ ਖਹਿਰੇ ਨੂੰ ਬਾਜਿਤ ਕੱਢਿਆ ਵੀ ਇਹ ਖਹਿਰੇ ਦਾ ਕੋਈ ਰੋਲ ਨਹੀਂ, ਉਸੇ ਪਰਚੇ 'ਚ ਫਿਰ ਇਹਨੂੰ ਸ਼ਾਮਿਲ ਕਰ ਰਹੇ ਹੈ। ਕੋਈ ਗੱਲ ਨਹੀਂ, ਖਹਿਰਾ ਨਾ ਧੜਕ ਯੋਧਾ ਪੰਜਾਬ ਦਾ ਤੇ ਉਵੇਂ ਹੀ ਨਿਕਲੂਗਾ, ਪਰਵਾਹ ਨਹੀਂ ਕਰਨੀ। ਪਰ ਲੋੜ ਪੰਜਾਬ ਦੇ ਲੋਕੋ ਅੱਜ ਤੁਹਾਡੀ ਹੈ, ਇਕੱਲੀ ਫੇਸਬੁੱਕਾਂ 'ਤੇ ਨਹੀਂ ਬਾਈ, ਫੇਸਬੁੱਕਾਂ 'ਤੇ ਵੀ ਸਾਡੀ ਜ਼ਰੂਰਤ ਆ। ਸੋਸ਼ਲ ਮੀਡੀਆ ਦੇ ਉੱਤੇ ਵੀ ਲਹਿਰ ਬਣਾਓ ਇਹਦੇ ਖਿਲਾਫ, ਆ ਜਿਹੜਾ ਇਹਨਾਂ ਨੇ ਕੰਮ ਵਿੱਢਿਆ ਹੋਇਆ ਇਹ ਵੀ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਪੂਰੀ ਦੁਨੀਆ ਦੇ ਵਿੱਚ, ਚਾਹੇ ਉਹ ਟਵਿੱਟਰ ਆ, ਚਾਹੇ ਉਹ ਇੰਸਟਾਗ੍ਰਾਮ ਹੈ, ਚਾਹੇ ਉਹ ਫੇਸਬੁੱਕ ਆ, ਚਾਹੇ ਯੂਟਿਊਬ ਹੈ, ਤੁਹਾਡੀਆਂ ਗੱਲਾਂ ਬਾਤਾਂ ਪੂਰੀ ਦੁਨੀਆ ਜਾਣੀਆਂ ਚਾਹੀਦੀਆਂ ਨੇ ਕਿ ਕੀ ਇਹ ਕਰਤੂਤ ਇਸ ਗੁੱਚੜ ਨੇ ਕੀਤੀ ਹੈ। ਅਤੇ ਦੂਜੇ ਪਾਸੇ ਇਹ ਵੀ ਆਪਾਂ ਨੂੰ ਕਰਨ ਦੀ ਲੋੜ ਆ ਕਿ ਜੇ ਆਉਣ ਵਾਲੇ ਦਿਨਾਂ 'ਚ ਕਾਂਗਰਸ ਕੁਝ ਨਹੀਂ ਕਰਦੀ ਤਾਂ ਸਾਨੂੰ ਆਉਣ ਵਾਲੇ ਦਿਨਾਂ 'ਚ ਵੱਡਾ ਇਕੱਠ ਕਰਕੇ ਨੱਕ 'ਚ ਦਮ ਕਰ ਦਿਆਂਗੇ, ਦਮੇ ਹਿਸਾਬ ਲਾ ਲਈਏ। ਪੰਜਾਬ ਦੇ ਲੋਕ ਮੈਂ ਫਿਰ ਕਹਿੰਦਾ ਘਰੇ ਟਿੱਕ ਕੇ ਨਹੀਂ ਬੈਠਣਗੇ, ਜੇ ਅੱਜ ਬਹਿ ਗਏ ਤਾਂ ਭੁੱਲ ਜਾਓ, ਅੱਜ ਖੈਰਾ ਕੱਲ੍ਹ ਨੂੰ ਕੋਈ ਹੋਰ, ਪਰਸੋਂ ਕੋਈ ਹੋਰ, ਐਂ ਸਭ ਦੀ ਵਾਰੀ ਆਉਣੀ ਹੈ ਅਤੇ ਇਹਨਾਂ ਨੇ ਕਿਸੇ ਬੰਦੇ ਨੂੰ ਬੋਲਣ ਨਹੀਂ ਦੇਣਾ, ਚੰਬਦੀਆਂ 'ਚ ਲਾਉਣਗੇ, ਜੋ ਕਰਨਾ ਚਾਹੁੰਦੇ ਉਹ ਕਰਨਗੇ। ਇਹ ਕੰਮ ਨਾ, ਇਹ ਕਰਤੂਤਾਂ ਤਾਂ ਆਪਾਂ ਬਾਦਲਾਂ ਨੇ ਵੀ ਨਹੀਂ ਕੀਤੀਆਂ ਯਾਰ, ਇਹ ਕਰਤੂਤਾਂ ਤਾਂ ਕਾਂਗਰਸੀਆਂ ਨੇ ਵੀ ਨਹੀਂ ਕੀਤੀਆਂ। ਕਿੰਨਾ ਕੁਛ ਕੈਪਟਨ ਨੂੰ ਲੋਕ ਇਹ ਅਜਾਸ਼ ਹੈ,
ਇਹ ਰੂਸਾ ਰੱਖੀ ਬੈਠਾ ਇਹ ਆ ਕਰਦਾ ਆ ਉਹ ਕਰਦਾ ਕਿੰਨਾ ਕੁਛ ਯਾਰ ਬੋਲਦੇ ਰਹੇ ਲੋਕ ਪੰਜਾਬ ਦੇ ਕੈਪਟਨ ਨੂੰ ਕਿੰਨਾ ਉਹਨਾਂ ਨੇ ਸੁਖਬੀਰ ਨੂੰ ਬੋਲਿਆ ਗੱਪੀ ਆ ਉਹ ਫਲਾਨਾ ਟਿਮਕਾਨਾ ਆ ਤਾਂ ਉਹਨਾਂ ਨੇ ਯਾਰ ਜਿਹੜੀ ਤਰੀਕੇ ਨਾਲ ਤੂੰ ਉਤਰਿਆ ਹੋਇਆ ਯਾਰ ਸੋ ਇਸ ਕਰਕੇ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਕਿ ਬਾਈ ਸਾਨੂੰ ਇਸ ਇਨਸਾਨ ਨਾਲ ਖੜਨਾ ਚਾਹੀਦਾ ਫਿਰ ਮੁੜ ਕੇ ਅਸੀਂ ਇਕੱਲਾ ਯਾਰ ਫਲਾਨਾ ਬੰਦਾ ਚੰਗਾ ਸੀ ਉਹ ਜੇਲ੍ਹ ਸਿੜਤਾ ਫਲਾਨਾ ਬੰਦਾ ਐਂ ਹੋ ਗਿਆ ਸਾਨੂੰ ਖੜਨਾ ਚਾਹੀਦਾ ਸੀ ਨਹੀਂ ਸਮਾਂ ਰਹਿੰਦੇ ਅਸੀਂ ਬੰਦੇ ਬਚਾ ਲਏ ਬੰਦੇ ਸਾਡੇ ਹੌਲੀ ਹੌਲੀ ਇੱਕ ਇੱਕ ਕਰਕੇ ਬੰਦੇ ਸਾਡੇ ਚੁਗੇ ਜਾ ਰਹੇ ਹੈ ਮਾਰੇ ਜਾ ਰਹੇ ਹੈ ਇਹ ਜੋ ਕੁਛ ਹੋ ਰਿਹਾ ਸਾਡੇ ਨਾਲ ਅਸੀਂ ਇਕੱਲਾ ਚੁੱਪ ਕਰਕੇ ਆਪਦੀ ਜ਼ਿੰਦਗੀ 'ਚ ਮਸਤ ਹਾਂ ਆਪਦੇ ਘਰਾਂ ਪਰਿਵਾਰਾਂ ਤੱਕ ਸੀਮਤ ਹੋਏ ਹੋਏ ਹਾਂ ਪਰ ਅਸੀਂ ਜੇ ਤੁਸੀਂ ਕਹੋਗੇ ਵੀ ਅਸੀਂ ਘਰਾਂ 'ਚ ਬੈਠੇ ਸੁਰੱਖਿਅਤ ਰਹਿ ਜਾਂਗੇ ਨਹੀਂ ਰਹਿਣੇ ਬਸ ਸਾਡੇ ਲਈ ਬੋਲਣ ਵਾਲੇ ਜਿਹੜੇ ਅੱਜ ਮਰ ਰਹੇ ਨੇ ਜੇਲ੍ਹਾਂ ਸਿੱਟੇ ਜਾ ਰਹੇ ਨੇ ਜੇ ਅੱਜ ਅਸੀਂ ਉਹਨਾਂ ਦੀ ਨਾ ਆਵਾਜ਼ ਬਣੇ ਨਾ ਖੜੇ ਤਾਂ ਇੱਥੇ ਕੋਈ ਨਹੀਂ ਬਚਣਾ ਪਰ ਸੋ ਆਓ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਭਰਾਵੋ ਸੱਦਾ ਮਾਰਾਂਗੇ ਹਾਕ ਮਾਰਾਂਗੇ ਖਹਿਰੇ ਦੇ ਹੱਕ 'ਚ ਜੇ ਇਹ ਆ ਕਾਂਗਰਸੀ ਨਾ ਖੜੇ ਡਰਾਮੇਬਾਜ਼ ਤਾਂ ਪਰ ਤੁਹਾਨੂੰ ਸੱਦਾ ਦੇਵਾਂਗੇ ਹਾਕ ਮਾਰਾਂਗੇ ਫਿਰ ਡਟ ਕੇ ਖੜ ਜਾਓ ਅਤੇ ਇਸ ਬੁੱਚੜ ਦੀ ਜਿੰਨੀ ਕਰਤੂਤ ਹੈ ਨੰਗੀ ਹੋਣੀ ਚਾਹੀਦੀ ਹੈ ਪੂਰੀ ਦੁਨੀਆ 'ਚ ਅਤੇ ਪੂਰੀ ਲਹਿਰ ਬਣਨੀ ਚਾਹੀਦੀ ਹੈ ਕਿ ਆਹ ਕਰਤੂਤ ਹੈ ਬੁੱਚੜ ਪੰਜਾਬ ਦੇ ਵਿੱਚ ਕਰ ਰਿਹਾ ਵਾਹਿਗੁਰੂ ਜੀ ਖਾਲਸਾ।